हेलो स्टूडेंट्स ਅੱਜ ਤੋਂ ਆਪਾਂ ਰਿਵੀਜ਼ਨ ਸੀਰੀਜ਼ ਸਟਾਰਟ ਕਰ ਰਹੇ ਹਾਂ ਕਲਾਸ 10th ਦੇ ਮੇਨ ਕੋਰਸ ਬੁੱਕ ਤੋਂ ਸਟਾਰਟ ਕਰਾਂਗੇ ਤੇ ਇਹ ਰਿਵੀਜ਼ਨ ਸੀਰੀਜ਼ ਦੇ ਵਿੱਚ ਆਪਾਂ ਆਬਜੈਕਟਿਵ ਟਾਈਪ ਕੁਐਸ਼ਨਸ ਕਰਾਂਗੇ ਟਰਾਂਸਲੇਸ਼ਨ ਕਰਾਂਗੇ ਸ਼ਾਰਟ ਆਨਸਰ ਟਾਈਪ ਕੁਐਸ਼ਨਸ ਕਰਾਂਗੇ ਜਿਹੜੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਤੁਹਾਡੇ ਚੈਪਟਰਸ ਦੇ ਵਿੱਚ ਇਹਦੇ ਨਾਲ ਤੁਸੀਂ ਅੱچھے ਮਾਰਕਸ ਸਕੋਰਸ ਕਰ ਸਕਦੇ ਹੋ ਬੋਰਡ ਦੇ ਐਗਜ਼ਾਮਸ ਦੇ ਵਿੱਚ ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਚੈਪਟਰ ਨੰਬਰ 1 ਦਾ ਹੈਪੀ ਪ੍ਰਿੰਸ ਸੋ ਦੈਟ ਇਜ਼ ਵੈਰੀ ਇੰਪੋਰਟੈਂਟ ਚੈਪਟਰ ਇਨ ਯਰ ਸਿਲੇਬਸ ਫਰਸਟ ਦੇ ਵਿੱਚ ਆਬਜੈਕਟਿਵ ਟਾਈਪ ਕੁਐਸ਼ਨਸ ਦੇ ਵਿੱਚ ਦਿੱਤਾ ਹੋਇਆ ਤੁਹਾਡਾ ਦਾ ਡ੍ਰੌਪਸ ਵਰ ਕਮਿੰਗ ਫਰੋਮ ਦਾ ਡੈਸ਼ ਆਫ ਦਾ ਹੈਪੀ ਪ੍ਰਿੰਸ ਡ੍ਰੌਪਸ ਨੇ ਜਿਹੜੀਆਂ ਉਹ ਕਿੱਥੋਂ ਆ ਰਹੀਆਂ ਸੀਗੀਆਂ ਹੈਪੀ ਪ੍ਰਿੰਸ ਦੀਆਂ ਅੱਖਾਂ ਚੋਂ ਆ ਰਹੀਆਂ ਸੀ ਤਾਂ ਆਨਸਰ ਕੀ ਹੋਏਗਾ ਆਈਜ਼ ਹੋਏਗਾ ਦਾ ਸਾਊਂਡ ਆਫ ਸੀਮਸਟ्रेस ਵਾਸ ਕ੍ਰਾਈਂ ਬਿਕੋਜ਼ ਹੀ ਵਾਂਟਡ ਟੂ ਗੋ ਟੂ ਅ ਜੈਪਟਰ ਜਿਹੜੀ ਸੀਮਸਟ੍ਰੈਸ ਸੀ ਦਰਜਣ ਸੀਗੀ ਉਹਦਾ ਲੜਕਾ ਰੋ ਰਿਹਾ ਸੀਗਾ ਉਹ ਰੋ ਰਿਹਾ ਸੀ ਵੀ ਉਹ ਏਜੀਪਟ ਜਾਣਾ ਚਾਹੁੰਦਾ ਸੀ ਨਹੀਂ ਜੀ ਇਹ ਫਾਲਸ ਹੈ ਕਿਉਂ ਕਿਉਂਕਿ ਉਹਦਾ ਜਿਹੜਾ ਲੜਕਾ ਸੀਗਾ ਉਹ ਤਾਂ ਬਿਮਾਰ ਸੀਗਾ ਹੀ ਵਾਂਟਡ ਫਾਰ ਔਰੈਂਜਸ ਔਰੈਂਜਸ ਮੰਗ ਰਿਹਾ ਸੀਗਾ ਉਹ ਤੇ ਜੇ ਔਰੈਂਜਸ ਹੁੰਦਾ ਤਾਂ ਇਹ ਟ੍ਰੂ ਹੋਣਾ ਸੀਗਾ ਬਟ ਹੁਣ ਇੱਥੇ ਕੀ ਹੈ ਉਹ ਏਜੀਪਟ ਜਾਣਾ ਚਾਹੁੰਦਾ ਸੀ ਇਹ ਫਾਲਸ ਆ ਏਜੀਪਟ ਕੌਣ ਜਾਣਾ ਚਾਹੁੰਦਾ ਸੀ ਸਵੈਲੋ ਜਾਣਾ ਚਾਹੁੰਦਾ ਸੀ ਏਜੀਪਟ ਤਾਂ the poor seems stress was given the ruby by the swallow poor seems stress aa jedi onu swallow ki liake dinda ik ababil panchhi aa ede vich chapter de vich onu ki liake dinda ruby liake dinda thik aa ruby ik dark pink color da stone aa jeda onu liake dinda ta je oh di help ho sake who order to pull down the statue of the happy prince ਕਿਨੇ ਆਰਡਰ ਦਿੱਤਾ ਸੀਗਾ ਹੈਪੀ ਪ੍ਰਿੰਸ ਦਾ ਸਟੈਚੂ ਆ ਡੇਗਣ ਦਾ ਕਿਹਨੇ ਦਿੱਤਾ ਸੀਗਾ ਮੇਅਰ ਨੇ ਦਿੱਤਾ ਸੀਗਾ ਜਿਹੜਾ ਸ਼ਹਿਰ ਦਾ ਮੇਅਰ ਸੀ ਨਾ ਉਹਨੇ ਆਰਡਰ ਦਿੱਤਾ ਸੀ ਵੀ ਸਟੈਚੂ ਆ ਹੈਪੀ ਪ੍ਰਿੰਸ ਦਾ ਕਿਉਂਕਿ ਉਹ ਡਲ ਹੋ ਚੁੱਕਿਆ ਸੀਗਾ ਉਹਦੇ ਤੋਂ 골ਡ ਦੇ ਲੀਵਜ਼ ਨੇ ਜਿਹੜੇ ਰੂਬੀ ਸੀਗੀ ਤੇ ਸਫੀਅਰ ਸੀ ਸਾਰਾ ਕੁਝ ਕੱਢ ਲਿਆ ਗਿਆ ਸੀ ਇਸ ਕਰਕੇ ਹੁਣ ਉਹ ਡਲ ਲੱਗਦਾ ਸੀ ਉਹਨੂੰ ਕਹਿਤਾ ਸੀ ਵੀ ਤੁਸੀਂ ਇਹਨੂੰ ਰਿਮੂਵ ਕਰ ਦਿਓ ਹੁਣ ਸ਼ਹਿਰ ਚੋਂ ਦ ਸਟੈਚੂ ਆਫ ਹੈਪੀ ਪ੍ਰਿੰਸ ਵਾਸ ਡੈਕੋਰੇਟਡ ਵਿਦ ਡਾਇਮੰਡ ਸਟੈਚੂ ਜਿਹੜਾ ਹੈਪੀ ਪ੍ਰਿੰਸ ਦਾ ਡੈਕੋਰੇਟ ਹੋਇਆ ਸੀਗਾ ਕਾਹਦੇ ਨਾਲ ਡੈਕੋਰੇਟ ਹੋਇਆ ਸੀ ਕਹਿੰਦਾ ਡਾਇਮੰਡ ਦੇ ਨਾਲ ਹੋਇਆ ਸੀ ਫਾਲਸ ਆ ਇਹ ਡਾਇਮੰਡ ਦੇ ਨਾਲ ਡੈਕੋਰੇਟ ਨਹੀਂ ਹੋਇਆ ਸੀਗਾ ਉਹ ਰੂਬੀ ਦੇ ਨਾਲ ਡੈਕੋਰੇਟ ਹੋਇਆ ਸੀ ਤੇ ਸਫੀਅਰਸ ਦੇ ਨਾਲ ਤੇ ਗੋਲਡ ਲੀਵਜ਼ ਦੇ ਨਾਲ ਹੋਇਆ ਸੀਗਾ ਉਹ ਡੈਕੋਰੇਟਡ who was sent to bring the two most precious things from the city kine bulaava bheja siga vi do kimti cheezan ne jehdiya city de vichon leke aao kine bheja siga angel thika angel nu bheja gaya siga farishte nu bheja gaya si vi do kimti cheezan ne jehdiya shehar de vich kehdiya do kimti cheezan ne jehdiya leke aao pehli si gi swallow dead swallow jehda marreya hoya swallow siga oh siga second precious thing di lead heart of the happy prince ਦਾ ਮੈਨ ਇਨ ਦਾ ਗੈਰਟ ਵਾਸ ਰਾਈਟਿੰਗ ਆ ਡੈਸ਼ ਮੈਨ ਗੈਰਟ ਦੇ ਵਿੱਚ ਕੀ ਲਿਖ ਰਿਹਾ ਸੀਗਾ ਪਲੇ ਲਿਖ ਲਿਆ ਸੀ ਪਲੇ ਰਾਈਟ ਸੀ ਨਾ ਜਿਹੜਾ ਉਹ ਪਲੇ ਲਿਖ ਰਿਹਾ ਸੀਗਾ ਨੈਕਸਟ ਆ ਟ੍ਰਾਂਸਲੇਸ਼ਨ ਆਪਣੀ ਵਾਈ ਆਰ ਯੂ ਵੀਪਿੰਗ ਦੈਨ ਦੈਨ ਦਾ ਮਤਲਬ ਹੁੰਦਾ ਫੇਰ ਠੀਕ ਆ ਦੈਨ ਦਾ ਮਤਲਬ ਆ ਫੇਰ ਤੁਸੀਂ ਕਿਉਂ ਫੇਰ ਤੁਸੀਂ ਕਿਉਂ ਰੋ ਰਹੇ ਹੋ ਨੈਕਸਟ ਆ ਦੇ ਪੁਲਡ ਡਾਊਨ ਦਾ ਸਟੈਚੂ ਆਫ ਦਾ ਹੈਪੀ ਪ੍ਰਿੰਸ ਉਹਨਾਂ ਨੇ ਹੈਪੀ ਪ੍ਰਿੰਸ ਦੇ ਬੁੱਤ ਨੂੰ ਹੇਠਾਂ ਡੇਗ ਦਿੱਤਾ ਕੋਲਡ ਦਾ ਮਤਲਬ ਹੁੰਦਾ ਹੈ ઠੰਡਾ ਦੇਖਣਾ ਆਈ ਐਮ ਵੇਟਡ ਫਾਰ ਇਨ ਅਜਿਪਟ ਮੈਂ ਮਿਸਰ ਵਿੱਚ ਇੰਤਜ਼ਾਰ ਮੇਰਾ ਮਿਸਰ ਵਿੱਚ ਇੰਤਜ਼ਾਰ ਹੁੰਦਾ ਹੈ ਆਈ ਐਮ ਵੇਟਡ ਵੇਟਡ ਦਾ ਮਤਲਬ ਹੁੰਦਾ ਇੰਤਜ਼ਾਰ ਹੋਣਾ ਇਟ ਇਜ਼ ਵੈਰੀ ਕੋਲਡ ਹੇਅਰ ਹੇਅਰ ਦਾ ਮਤਲਬ ਹੁੰਦਾ ਇੱਥੇ ਇੱਥੇ ਬਹੁਤ ਠੰਡ ਹੈ ਆਈ ਹੈਵ ਅ ਗੋਲਡਨ ਬੈਡਰੂਮ ਮੇਰੇ ਕੋਲ ਸੁਨਹਿਰੀ ਸੌਣ ਵਾਲਾ ਕਮਰਾ ਹੈ ਥੇਅਰ ਇਜ਼ ਨਾਟ ਅ ਸਿੰਗਲ ਕਲਾਉਡ ਇਨ ਦਾ ਸਕਾਈ आसमान ਵਿੱਚ ਇੱਕ ਵੀ ਬੱਦਲ ਨਹੀਂ ਹੈ। देन ਅਨਦਰ ਡ੍ਰੋਪ ਫੈਲ ਫਿਰ ਇੱਕ ਹੋਰ ਬੂੰਦ ਡਿੱਗ ਪਈ। ਮਾਈ ਕੋਟਿਅਰਜ਼ ਕਾਲਡ ਮੀ ਦਾ ਹੈਪੀ ਪ੍ਰਿੰਸ ਮੇਰੇ ਦਰਬਾਰੀ ਕੋਟਿਅਰਜ਼ ਹੁੰਦੇ ਨੇ ਦਰਬਾਰੀ ਮੇਰੇ ਦਰਬਾਰੀ ਮੈਨੂੰ ਹੈਪੀ ਪ੍ਰਿੰਸ ਕਹਿੰਦੇ ਸਨ। ਆਈ ਹੈਵ ਕਮ ਟੂ ਬਿਡ ਯੂ ਗੁੱਡਬਾਈ। ਬਿਡ ਯੂ ਗੁੱਡਬਾਈ ਦਾ ਮਤਲਬ ਹੁੰਦਾ ਕਿਸੇ ਨੂੰ ਅਲਵਿਦਾ ਕਹਿਣਾ। ਮੈਂ ਤੁਹਾਨੂੰ ਅਲਵਿਦਾ ਕਹਿਣ ਆਇਆ ਹਾਂ। ਹਾਊ ਹੰਗਰੀ ਵੀ ਆਰ ਅਸੀਂ ਕਿੰਨੇ ਭੁੱਖੇ ਹਾਂ। ਨੈਕਸਟ ਆ ਸ਼ੌਂਟ ਆਨਸਰ ਟਾਈਪ ਕੁਐਸ਼ਨਸ ਆ ਵੇਅਰ ਡਿਡ ਦਾ ਸਟੈਚੂ ਆਫ ਹੈਪੀ ਪ੍ਰਿੰਸ ਸਟੈਂਡ ਹੈਪੀ ਪ੍ਰਿੰਸ ਦਾ ਸਟੈਚੂ ਬੁੱਤਾ ਜਿਹੜਾ ਉਹ ਕਿੱਥੇ ਖੜਾ ਸੀ ਇਟ ਸਟੂਡ ਔਨ ਦਾ ਹਾਈ ਕਾਲਮ ਔਰ ਪਿਲਰ ਕਾਲਮ ਵੀ ਲਿਖ ਸਕਦੇ ਹੋ ਜਾਂ ਤੁਸੀਂ ਪਿਲਰ ਵੀ ਲਿਖ ਸਕਦੇ ਹੋ ਕਿੱਥੇ ਖੜਾ ਸੀਗਾ ਥੜੇ ਤੇ ਖੜਾ ਸੀਗਾ ਉਹ ਇੱਕ ਵੱਡਾ ਥੜਾ ਬਣਿਆ ਹੋਇਆ ਸੀ ਉਹਦੇ ਤੇ ਹੈਪੀ ਪ੍ਰਿੰਸ ਦਾ ਸਟੈਚੂ ਖੜਾ ਸੀ ਹਾਊ ਵਾਸ ਦਾ ਸਟੈਚੂ ਡੈਕੋਰੇਟਡ ਸਟੈਚੂ ਜਿਹੜਾ ਕਿਹਦੇ ਨਾਲ ਸ਼ਿੰਗਾਰਿਆ ਹੋਇਆ ਸੀ ਡੈਕੋਰੇਟ ਕਾਦੇ ਨਾਲ ਕੀਤਾ ਹੋਇਆ ਸੀ ਇਟ ਵਾਸ ਡੈਕੋਰੇਟਡ ਵਿਦ ਗੋਲਡ ਐਂਡ ਰੈੱਡ ਰੂਬੀ ਉਹ ਗੋਲਡ ਤੇ ਰੈੱਡ ਰੂਬੀ ਦੇ ਨਾਲ ਸ਼ਿੰਗਾਰਿਆ ਹੋਇਆ ਸੀ ਵੇਅਰ ਵਾਸ ਸਵੈਲੋ ਗੋਇੰਗ ਸਵੈਲੋ ਕਿੱਥੇ ਜਾ ਰਿਹਾ ਸੀ ਦ ਸਵੈਲੋ ਵਾਸ ਗੋਇੰਗ ਟੂ ਅਜਿਪਟ ਸਵੈਲੋ ਅਜਿਪਟ ਜਾ ਰਿਹਾ ਸੀ ਨੈਕਸਟ ਆ ਵਾਈ ਡਿਡ ਦ ਸਵੈਲੋ ਪੁੱਟ ਅ ਬਿਟਵੀਨ ਦ ਫੀਟ ਆਫ ਦ ਹੈਪੀ ਪ੍ਰਿੰਸ ਸਵੈਲੋ ਜਿਹੜਾ ਸੀਗਾ ਉਹ ਹੈਪੀ ਪ੍ਰਿੰਸ ਦੇ ਕਦਮਾਂ ਦੇ ਵਿੱਚ ਕਿਉਂ ਪਿਆ ਸੀ ਬਿਕੋਜ਼ देयर ਵਾਸ ਅ ਗੁੱਡ ਪੋਜੀਸ਼ਨ ਵਿਦ ਦ ਫਰੈਸ਼ ਏਅਰ ਕਿਉਂਕਿ ਬਹੁਤ ਠੰਡੀ ਤੇ ਬਹੁਤ ਤਾਜ਼ੀ ਹਵਾ ਉੱਥੇ ਆ ਰਹੀ ਸੀ ਨੈਕਸਟ ਆ ਵੇਅਰ ਵਰ ਦ ਡ੍ਰੌਪਸ ਕਮਿੰਗ ਫਰਮ ਡ੍ਰੌਪਸ ਕਿੱਥੋਂ ਆ ਰਹੀਆਂ ਸੀਆਂ ਬੂੰਦਾ ਕਿੱਥੋਂ ਆ ਰਹੀਆਂ ਸੀ ਦਾ ਡ੍ਰੌਪਸ ਵਰ ਕਮਿੰਗ ਫਰੋਮ ਦਾ ਆਈਜ਼ ਆਫ ਦਾ ਹੈਪੀ ਪ੍ਰਿੰਸ ਡ੍ਰੌਪਸ ਜਿਹੜੀਆਂ ਨੇ ਉਹ ਹੈਪੀ ਪ੍ਰਿੰਸ ਦੀਆਂ ਅੱਖਾਂ ਚੋਂ ਆ ਰਹੀਆਂ ਸੀ ਵਾਈ ਵਾਸ ਦਾ ਹੈਪੀ ਪ੍ਰਿੰਸ ਕਾਈਂ ਹੈਪੀ ਪ੍ਰਿੰਸ ਕਿਉਂ ਹੋ ਰਿਹਾ ਸੀਗਾ ਬਿਕੋਜ਼ ਹੀ ਕੁਡ ਸੀ ਦਾ ਪ੍ਰੋਬਲਮਸ ਆਫ ਦਾ ਪੀਪਲ ਕਿਉਂਕਿ ਉਹ ਲੋਕਾਂ ਦੀਆਂ ਪ੍ਰੋਬਲਮਸ ਨੇ ਉਹ ਉੱਚੇ ਥੜੇ ਤੋਂ ਖੜ ਕੇ ਦੇਖ ਸਕਦਾ ਸੀਗਾ ਡਿਸਕ੍ਰਾਈਬ ਦਾ ਸੀਮਸਟ੍ਰੈਸ ਇਨ ਦਾ ਵਰਡਸ ਆਫ ਦਾ ਪ੍ਰਿੰਸ ਸੀਮਸਟ्रेस ਕਿਦਾਂ ਦੀ ਸੀਗੀ ਪ੍ਰਿੰਸ ਦੇ ਸ਼ਬਦਾਂ ਚ ਦੱਸੋ ਸ਼ੀ ਵਾਸ ਪੂਰ ਬਹੁਤ ਗਰੀਬ ਸੀ ਹਰ ਫੇਸ ਵਾਸ ਥਿਨ ਉਹਦਾ ਫੇਸ ਬਹੁਤ ਹੀ ਜ਼ਿਆਦਾ ਥਿਨ ਸੀ ਪਤਲਾ ਸੀਗਾ ਗਰੀਬੀ ਕਾਰਨ ਬਹੁਤ ਪਤਲੀ ਹੋਈ ਹੋਈ ਸੀ ਉਹ ਵਾਈ ਵਾਸ ਦਾ ਸੀਮਸਟ्रेस ਲਿਟਲ ਬாய் ਕ੍ਰਾਈਂਗ ਸੀਮਸਟ्रेस ਦਾ ਜਿਹੜਾ ਛੋਟਾ ਲੜਕਾ ਸੀ ਉਹ ਕਿਉਂ ਰੋ ਰਿਹਾ ਸੀ ਬਿਕੋਜ਼ ਹੀ ਹੈਡ ਅ ਫੀਵਰ ਕਿਉਂਕਿ ਉਹਨੂੰ ਬੁਖਾਰ ਸੀ ਹੀ ਵਾਸ ਹੰਗਰੀ ਆਲਸੋ ਉਹ ਬਹੁਤ ਜ਼ਿਆਦਾ ਭੁੱਖਾ ਸੀ ਇਸ ਕਰਕੇ ਮੈਂ ਦੱਸਿਆ ਸੀ ਨਾ ਤੁਹਾਨੂੰ ਵੀ ਉਹ orangez ਮੰਗ ਰਿਆ ਸੀਗਾ ਹਾਊ ਡਿਡ ਦਾ ਬੋਥ ਦਾ ਹੈਪੀ ਪ੍ਰਿੰਸ ਐਂਡ ਸਵੈਲੋ ਹੈਲਪ ਦਾ ਸੀਮਸਟ्रेस ਕਹਿੰਦੇ ਜਿਹੜਾ ਹੈਪੀ ਪ੍ਰਿੰਸ ਤੇ ਸਵੈਲੋ ਆ ਉਹਨਾਂ ਨੇ ਸੀਮਸਟ्रेस ਦੀ ਹੈਲਪ ਕਿਵੇਂ ਕੀਤੀ ਸੀ ਦੇ ਹੈਲਪਡ ਹਰ ਬਾਈ ਗਿਵਿੰਗ ਹਰ ਦਾ ਰੂਬੀ ਉਹਨੂੰ ਰੂਬੀ ਦਿੱਤੀ ਸੀ ਤੁਹਾਨੂੰ ਕੁਐਸਚਨ ਆ ਜਾਵੇ ਨਾ ਵੀ ਉਹਨੂੰ ਕੀ ਦਿੱਤਾ ਸੀ ਕਿਵੇਂ ਉਹਦੀ ਹੈਲਪ ਹੋਈ ਸੀ ਤਾਂ ਕਿਵੇਂ ਕੀਤੀ ਸੀ ਉਹਨੇ ਸਵੈਲੋ ਨੇ ਤੇ ਹੈਪੀ ਪ੍ਰਿੰਸ ਨੇ ਹੈਲਪ ਕਿਵੇਂ ਕੀਤੀ ਸੀ ਰੂਬੀ ਦੇ ਕੇ ਉਹਨੂੰ ਵਾਈ ਡਿਡ ਦਾ ਸਵੈਲੋ ਫੀਲ ਵਾਰਮ ਸਵੈਲੋ ਜਿਹੜਾ ਸੀ ਉਹ ਕਿਉਂ ਵਾਰਮ ਫੀਲ ਕਿਉਂ ਕਰ ਰਿਹਾ ਸੀ ਨਿੱਗਾ ਕਿਉਂ ਫੀਲ ਕਰ ਰਿਹਾ ਸੀ ਬਿਕੋਜ਼ ਹੀ ਹੈਡ ਡਨ ਅ ਗੁੱਡ ਐਕਸ਼ਨ ਕਿਉਂਕਿ ਉਹਨੇ ਬਹੁਤ ਵਧੀਆ ਕੰਮ ਕੀਤਾ ਸੀ ਵਾਟ ਟਰਬਲ ਦਾ ਯੰਗ ਮੈਨ ਇਨ ਦਾ ਗੈਰਟ ਕਿਹੜੀ ਚੀਜ਼ ਸੀਗੀ ਯੰਗ ਮੈਨ ਨੂੰ ਗੈਰਟ ਦੇ ਵਿੱਚ ਸਤਾ ਰਹੀ ਸੀਗੀ ਤੰਗ ਕਰ ਰਹੀ ਸੀ ਪਲੇ ਰਾਈਟਰ ਆ ਜਿਹੜਾ ਯੰਗ ਮੈਨ ਕੌਣ ਸੀਗਾ ਪਲੇ ਰਾਈਟਰ ਸੀਗਾ ਉਹ ਗੈਰਟ ਦੇ ਵਿੱਚ ਬੈਠਾ ਆ ਤੇ ਪਲੇ ਲਿਖਣ ਦੀ ਕੋਸ਼ਿਸ਼ ਕਰ ਰਿਹਾ ਆ ਪਰ ਕਿਉਂ ਨਹੀਂ ਲਿਖ ਪਾ ਰਿਹਾ ਕੋਲਡ ਐਂਡ ਹੰਗਰ ਦੀ ਕਰਕੇ ਕੋਲਡ ਐਂਡ ਹੰਗਰ ਟ੍ਰਬਲਡ ਹਿਮ ਕੋਲਡ ਤੇ ਹੰਗਰ ਉਹਨੂੰ ਸਤਾ ਰਿਹਾ ਸੀ ਟ੍ਰਬਲ ਕਰ ਰਿਹਾ ਸੀ ਹਾਊ ਵਾਸ ਦਾ ਯੰਗ ਮੈਨ ਹੈਲਪਡ ਯੰਗ ਮੈਨ ਦੀ ਕਿੱਦਾਂ ਹੈਲਪ ਹੋਈ ਸੀ ਹੀ ਵਾਸ ਹੈਲਪਡ ਵਿਦ ਦਾ ਸਫੀਅਰ ਉਹਨੂੰ ਸਫੀਅਰ ਦੇ ਕੇ ਉਹਦੀ ਹੈਲਪ ਕੀਤੀ ਸੀ ਗੈਰਟ ਦੇ ਵਿੱਚ ਜਿਹੜਾ ਪਲੇ ਰਾਈਟਰ ਬੈਠਾ ਸੀ ਨਾ ਸਵੈਲੋ ਉਹਨੂੰ ਕੀ ਲਿਆ ਕੇ ਦਿੰਦਾ ਹੈਪੀ ਪ੍ਰਿੰਸ ਦੀਆਂ ਅੱਖਾਂ ਦੇ ਵਿੱਚੋਂ ਨੀਲਮ ਕੱਢ ਕੇ ਲਿਆ ਕੇ ਦਿੰਦਾ ਸਫਾਇਰ ਦਾ ਮਤਲਬ ਹੁੰਦਾ ਨੀਲਮ ਵਾਈ ਵਾਸ ਦਾ ਮੈਚ ਗਰਲ ਕਰਾਇੰਗ ਮੈਚ ਗਰਲ ਜਿਹੜੀ ਸੀ ਕਿਉਂ ਰੋ ਰਹੀ ਸੀ ਬਿਕਾਜ਼ ਹਰ ਮੈਚਸ ਵਰ ਸਪਾਇਲਡ ਕਿਉਂਕਿ ਉਹਦੀਆਂ ਜਿਹੜੀਆਂ ਮੈਚਸ ਦੀਆਂ ਡੱਬੀਆਂ ਸੀ ਉਹ ਸਾਰੀਆਂ ਨਾਲੀ ਦੇ ਵਿੱਚ ਡਿੱਗੀਆਂ ਸੀ ਤੇ ਖਰਾਬ ਹੋ ਚੁੱਕੀਆਂ ਸੀ ਤਾਂ ਆ ਰੋ ਰਹੀ ਸੀ ਉਹ ਦਾ ਸਵੈਲੋ ਸੈਟ ਦਾ ਪ੍ਰਿੰਸ ਆਈ ਵਿਲ ਸਟੇ ਵਿਦ ਯੂ ਆਲਵੇਜ਼ ਜਿਹੜਾ ਸਵੈਲੋ ਆ ਉਹ ਪ੍ਰਿੰਸ ਨੂੰ ਕਿਉਂ ਕਹਿੰਦਾ ਵੀ ਮੈਂ ਤੇਰੇ ਨਾਲ ਹਮੇਸ਼ਾ ਰਹੂੰਗਾ ਬਿਕਾਜ਼ ਹੈਪੀ ਪ੍ਰਿੰਸ ਵਾਸ ਬਲਾਈਂਡ ਨਾਊ ਕਿਉਂਕਿ ਹੈਪੀ ਪ੍ਰਿੰਸ ਹੁਣ ਅੰਨ੍ਹਾ ਹੋ ਚੁੱਕਿਆ ਸੀ ਕਿਉਂ ਅੰਨ੍ਹਾ ਹੋ ਚੁੱਕਿਆ ਸੀ ਕਿਉਂਕਿ ਉਹਦੀਆਂ ਅੱਖਾਂ ਦੇ ਵਿੱਚੋਂ ਦੋ ਨੀਲਮ ਜਿਹੜੇ ਸੀ ਨਾ ਨੀਲਮ ਇੱਕ ਪ੍ਰੀਸ਼ੀਅਸ ਸਟੋਨ ਹੁੰਦਾ ਉਹ ਕੱਢ ਲਏ ਗਏ ਸੀ ਜਿਹਨੂੰ ਸਫੀਅਰ ਕਿਹਾ ਗਿਆ ਚੈਪਟਰ ਦੇ ਵਿੱਚ ਹਾਊ ਡਿਡ ਦਾ ਪੂਅਰ ਸਵੈਲੋ ਮੈਨੇਜ ਟੂ ਲਿਵ ਇਨ ਸੋ ਮੱਚ ਕੋਲਡ ਜਿਹੜਾ ਪੂਅਰ ਸਵੈਲੋ ਸੀ ਉਹਨੇ ਕਿੱਦਾਂ ਮੈਨੇਜ ਕੀਤਾ ਸੀ ਇੰਨੀ ਠੰਡ ਦੇ ਵਿੱਚ ਰਹਿਣ ਦੇ ਲਈ ਦਾ ਪੂਅਰ ਸਵੈਲੋ ਮੈਨੇਜ ਟੂ ਲਿਵ ਬਾਈ ਫਲੈਪਿੰਗ ਹਿਸ ਵਿੰਗ ਉਹਨੇ ਆਪਣੇ ਖੰਭਾਂ ਨੂੰ ਖਿਲਾਰ ਕੇ ਉੱਥੇ ਰਹਿਣ ਬਾਰੇ ਸੋਚਿਆ ਸੀਗਾ ਉੱਥੇ ਰਿਹਾ ਸੀ ਉਹ ਵਾਈ ਵਾਸ ਦਾ ਸਟੈਚੂ ਆਫ ਹੈਪੀ ਪ੍ਰਿੰਸ ਪੋਲ ਡਾਊਨ ਸਟੈਚੂ ਜਿਹੜਾ ਸੀ ਹੈਪੀ ਪ੍ਰਿੰਸ ਦਾ ਕਿਉਂ ਉਹਨੂੰ ਡੇਕ ਦਿੱਤਾ ਗਿਆ ਸੀ ਬਿਕੋਜ਼ ਇਟ ਵਾਸ ਨਾਟ ਬਿਊਟੀਫੁਲ ਨਾਓ ਕਿਉਂਕਿ ਹੁਣ ਉਹ ਸੋਹਣਾ ਨਹੀਂ ਰਿਹਾ ਸੀਗਾ ਸਾਰੀਆਂ ਚੀਜ਼ਾਂ ਤਾਂ ਉਹ ਤੋਂ ਲੈ ਗਈਆਂ ਸੀਗੀਆਂ 골ਡ ਲੀਫ 골ਡ ਨਾਲ ਟਕਿਆ ਹੋਇਆ ਸੀ 골ਡ ਲੈ ਗਿਆ ਸੀ ਉਹਦੇ ਤੋਂ ਉਹਦੀਆਂ ਉਹਦੀਆਂ ਅੱਖਾਂ ਦੇ ਵਿੱਚ ਸਫੀਅਰ ਸੀਗੇ ਨੀਲਮ ਸੀ ਉਹ ਲੈ ਗਏ ਸੀ ਉਹਦੇ ਜਿਹੜੇ ਹੱਥ ਦੇ ਵਿੱਚ ਤਲਵਾਰ ਫੜੀ ਹੋਈ ਸੀ ਉਹਦੇ ਵਿੱਚ ਰੂਬੀ ਸੀ ਉਹ ਵੀ ਲੈ ਗਈ ਸੀ ਤਾਂ ਕਰਕੇ ਹੁਣ ਉਹ ਸੋਹਣਾ ਨਹੀਂ ਲੱਗਦਾ ਸੀ ਵਟ ਵਰ ਦਾ ਟੂ ਮੋਸਟ ਪ੍ਰੀਸ਼ੀਅਸ ਥਿੰਗਸ ਇਨ ਦਾ ਸਿਟੀ ਦੋ ਕੀਮਤੀ ਚੀਜ਼ਾਂ ਕਿਹੜੀਆਂ ਸੀਗੀਆਂ ਸ਼ਹਿਰ ਦੇ ਵਿੱਚ ਦਾ ਲੈਡ ਹਾਰਟ ਆਫ ਦਾ ਹੈਪੀ ਪ੍ਰਿੰਸ ਐਂਡ ਦਾ ਡੈਡ ਸਵੈਲੋ ਵਰ ਦਾ ਟੂ ਮੋਸਟ ਪ੍ਰੀਸ਼ੀਅਸ ਥਿੰਗਸ ਇਨ ਦਾ ਸਿਟੀ ਕਹਿੰਦੇ ਦੋ ਜਿਹੜੀਆਂ ਚੀਜ਼ਾਂ ਸੀਗੀਆਂ ਡੈਡ ਸਵੈਲੋ ਸੀਗਾ ਮਰਿਆ ਹੋਇਆ ਪੰਛੀ ਸੀ ਜਿਹਨੂੰ ਅਬਾਬਿਲ ਨਾ ਦਿੱਤਾ ਤੇ ਹੋਰ ਕੀ ਸੀਗਾ ਹੈਪੀ ਪ੍ਰਿੰਸ ਦਾ ਹਾਰਟ ਸੀਗਾ ਲੈਡ ਦਾ ਬਣਿਆ ਹੋਇਆ ਹਾਰਟ ਸੀਗਾ ਹੈਪੀ ਪ੍ਰਿੰਸਾ ਦੋ ਚੀਜ਼ਾਂ ਸਿਗੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਸਿਗੀਆਂ ਥੀਜ਼ ਆਰ ਦਾ ਇੰਪੋਰਟੈਂਟ ਕੁਐਸਚਨ ਆਨਸਰ ਆਫ ਦਾ ਚੈਪਟਰ ਆਈ ਹੋਪ ਤੁਹਾਨੂੰ ਸਮਝ ਆਇਆ ਹੋਊਗਾ ਤੇ ਜੇ ਤੁਹਾਨੂੰ ਵਧੀਆ ਲੱਗੀ ਹੈ ਮੇਰੀ ਵੀਡੀਓ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਸੋ ਮੱਚ